ਅੰਮ੍ਰਿਤਸਰ ਵਾਸੀਆਂ ਨੂੰ ਅੱਜ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਰਵਾਨਾ ਹੋਣ ਜਾ ਰਹੀ ਹੈ ਔਰ ਇਸ ਮੌਕੇ ਤੇ ਪੰਜਾਬ ਦੇ ਗਵਰਨਰ ਪਹੁੰਚ ਰਹੇ ਨੇ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਔਜਲਾ ਵੀ ਇਸ ਸਮਾਗਮ ਦਾ ਹਿੱਸਾ ਨੇ ਔਰ ਉਹਨਾਂ ਵੱਲੋਂ ਵੀ ਇਸ ਟ੍ਰੇਨ ਨੂੰ ਇੱਥੋਂ ਸ਼ੁਰੂ ਕਰਵਾਉਣ ਦੇ ਲਈ ਕਈ ਉਪਰਾਲੇ ਕੀਤੇ ਗਏ ਇਸ ਵੇਲੇ ਉਸੇ ਟ੍ਰੇਨ ਦੇ ਵਿੱਚ ਅਸੀਂ ਮੌਜੂਦ ਹਾਂ ਔਜਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕੀ ਉਸ ਟ੍ਰੇਨ ਜਿਸ ਦਾ ਇੱਕ ਸੁਪਨਾ ਸੀ ਉਸ ਦੇ ਵਿੱਚ ਅਸੀਂ ਬੈਠ ਕੇ ਗੱਲਬਾਤ ਕਰ ਰਹੇ ਹਾਂ ਤੁਸੀਂ ਇਸ ਨੂੰ ਕਿੰਨੀ ਵੱਡੀ ਉਪਲਬਧੀ ਮੰਨਦੇ ਹੋ ਔਰ ਅਮਰਤਸਰ ਵਾਸੀਆਂ ਵਾਸਤੇ ਕਿੰਨਾ ਵੱਡਾ ਤੋਹਫਾ ਮੰਨਦੇ ਹੋ ਦੇਖੋ ਮੈਂ ਇੱਕ ਮੰਨਦਾ ਕਿ ਗੁਰੂ ਨਗਰੀ ਵਾਸਤੇ ਇੱਕ ਜਿਹੜੇ ਇਤਿਹਾਸਿਕ ਪੱਧਰ ਇਹ ਕਹਿ ਸਕਦੇ ਆ ਕਿ ਇੱਕ ਅੱਛੀ ਚੀਜ਼ ਜਿਹੜੀ ਗੁਰੂ ਨਗਰੀ ਨੂੰ ਮਿਲਣ ਜਾ ਰਹੀ ਹੈ ਔਰ ਇਹ ਵੱਡੀ ਉਪਲਬਧੀ ਹੈ ਲੋਕਾਂ ਨੇ ਸਾਡੇ 'ਤੇ ਯਕੀਨ ਕੀਤਾ ਔਰ ਅਸੀਂ ਤਨਦੇਈ ਦੇ ਨਾਲ ਕੰਮ ਕੀਤਾ ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਤੁਸੀਂ ਵਕਾਲਤ ਕਰਨੀ ਮੈਂ ਰੇਲਵੇ ਮਿਨਿਸਟਰ ਸਾਹਿਬ ਅਸ਼ਰਵੀ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਨੂੰ ਬਾਰ-ਬਾਰ ਮਿਲੇ ਔਰ ਬਾਰ-ਬਾਰ ਇਸ ਚੀਜ਼ ਦੀ ਵਕਾਲਤ ਕੀਤੀ ਕਿ ਇਹ ਵਾਸਤੇ ਜਿਹੜੇ ਟੂਰਿਸਟ ਆਉਂਦੇ ਨੇ ਸੋ ਉਹਨਾਂ ਨੇ ਇਹ ਮੇਰੀ ਮੰਗ ਮੰਨਦੇ ਹੋਏ ਉਹਨਾਂ ਨੇ ਇਹ ਸ਼ੁਰੂ ਕਰਾਈ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਧੰਨਵਾਦ ਜਿਹੜੇ ਅੱਜ ਇਹਦਾ ਹੀ ਨੌਗਰੇਸ਼ਨ ਕਰਨ ਜਾ ਰਹੇ ਨੇ ਪਰ ਕਿਤਨਾ ਕਿਤੇ ਕ੍ਰੈਡਿਟ ਵਾਰ ਵੀ ਇਸ ਨੂੰ ਲੈ ਕੇ ਹੋਈ ਕਿ ਬੀਜੇਪੀ ਦਾ ਕਹਿੰਨਾ ਕਿ ਅਸੀਂ ਸਾਡੀ ਸਰਕਾਰ ਆ ਅਸੀਂ ਉਪਰਾਲੇ ਕੀਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਉਪਰਾਲੇ ਕੀ ਦੇਖੋ ਗੱਲ ਇਹ ਹੈ ਜਦੋਂ ਇਲੈਕਸ਼ਨ ਲੋਕ ਜਿਤਾਉਂਦੇ ਨੇ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਗੱਲਾਂ ਕਰਨ ਦੀ ਠੀਕ ਹੈ ਸਰਕਾਰ ਹੈ ਬੀਜੇਪੀ ਦੀ ਔਰ ਮੈਂ ਵੀ ਧੰਨਵਾਦ ਕਰ ਰਹੇ ਹਾਂ ਉਹ ਵੀ ਧੰਨਵਾਦ ਕਰ ਇਸ ਗੱਲ ਦਾ ਸਾਰੇ ਨੂੰ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਕਰਨਾ ਚਾਹੀਦਾ ਇਸ ਗੱਲ ਦਾ ਸ਼ੁਕਰੀ ਹੁਣ ਜੇ ਬੀਜੇਪੀ ਦੀ ਉੱਪਰ ਸਰਕਾਰ ਹੈ ਤੇ ਮੈਂ ਦੇ ਧੰਨਵਾਦ ਉਹਨਾਂ ਦਾ ਕਰ ਰਿਹਾ ਪਰ ਜਿਹੜੇ ਕ੍ਰੈਡਿਟ ਵਾਰ ਦੀ ਗੱਲ ਨਹੀਂ ਦੇਖੋ ਜਿਹਦੀ ਜ਼ਿੰਮੇਵਾਰੀ ਹੁੰਦੀ ਕੀ ਉਹਨੇ ਕੰਮ ਕੀਤਾ ਆਪਾਂ ਉਹਦਾ ਕੰਮ ਕੀਤਾ ਆ ਆਪਾਂ ਦੇ ਕਹਿੰਦਾ ਟਾਈਮ ਲਾਈਨ ਹੈਗੀ ਯਾਰ ਗੱਲ ਦੀ ਕਿਵੇਂ ਜਾਣਦੇ ਰਹੇ ਕਿਵੇਂ ਪਾਰਲੀਮੈਂਟ ਚ ਬੋਲੇ ਕਿਵੇਂ ਕਦੋਂ-ਕਦੋਂ ਉਹਨਾਂ ਨੂੰ ਚਿੱਠੀਆਂ ਲਿਖੀਆਂ ਕਦੋਂ-ਕਦੋਂ ਮਿਲ ਕੇ ਗੱਲ ਕਹੀ ਆ ਸੋ ਜਿਹੜਾ ਕੋਈ ਲੈਣਾ ਚਾਹੁੰਦਾ ਉਹਦੀ ਮਰਜ਼ੀ ਹੈ ਬਟ ਮੈਂ ਇਹ ਕਹੂੰਗਾ ਇਹ ਕ੍ਰੈਡਿਟ ਜਿਹੜਾ ਗੁਰੂ ਨਗਰੀ ਨੂੰ ਜਾਂਦਾ ਹੈ ਉਹ ਸਭ ਬਹੁਤ ਉੱਤਮ ਹੈ ਸਹੀ ਤਾਂ ਸਿਰਫ ਇੱਕ ਵਕਾਲਤ ਕਰ ਸਕਦੇ ਨੇ ਨਗਰੀ ਤੋਂ ਪਹਿਲਾਂ ਸ਼ਤਾਬਦੀ ਜਿਹੜੀ ਹੈ ਉਹ ਟ੍ਰੇਨ ਜਾਂਦੀ ਸੀ ਦਿੱਲੀ ਉਹਦੇ 'ਚ ਔਰ ਇਸ ਦੇ ਵਿੱਚ ਅੰਤਰ ਕੀ ਹੈ ਇੱਥੇ ਕਾਫੀ ਅੰਤਰ ਹੈ ਜਿਹੜੇ ਲੋਕ ਜਹਾਜ਼ 'ਚ ਸਫ਼ਰ ਕਰਨਾ ਚਾਹੁੰਦੇ ਪਰ ਕਰ ਨਹੀਂ ਸਕਦੇ ਮਹਿੰਗਾ ਵੀ ਆ ਇੱਕ ਤੋਂਨਾਂ ਲਈ ਸੌਖਾ ਹੈ ਇੱਕ ਇਹ ਦਿਨੇ ਦਿਨੇ ਜਾਣੀ ਹੈ ਟਾਈਮ ਇਹਦੇ ਚ ਘੱਟ ਲੱਗੇਗਾ ਇਸ ਤੋਂ ਕਿੰਨਾ ਟੱ ਲੱਗੇਗਾ ਇਹਦੀ 8 ਵਜੇ ਚੱਲਣਾ 8:05 ਤੇ ਔਰ 1:30 ਵਜੇ ਨੇ ਪਹੁੰਚ ਜਾਣਾ ਉਧਰੋਂ 2:30 ਵਜੇ ਚੱਲਣਾ ਤੇ 8:30 ਨੀ ਅੰਮ੍ਰਿਤਸਰ ਵਾਪਸ ਆ ਜਾਣਾ 2:30-3:00 ਵਜੇ ਦਾ ਕਰੀਬ ਟਾਈਮ ਹੈ ਸੋ ਮੇਰਾ ਮਕਸਦ ਕਹਿਣ ਦਾ ਇਹਦੀ ਜਿਹੜੀ ਟਾਈਮਿੰਗ ਹੈ ਨਾ ਉਹ ਬੜੀ ਸੂਟੇਬਲ ਟਾਈਮਿੰਗ ਹੈ ਦਿਨੇ ਦਿਨੇ ਤੁਸੀਂ ਆ ਜਾ ਸਕਦੇ ਜੀ ਜੇ ਸੁਵਿਧਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਚ ਔਰ ਉਹਦੇ ਚ ਕੀ ਹੁੰਦਾ ਬਹੁਤ ਅੰਤਰ ਹੈ ਦੇਖੋ ਇਹ ਵਾਈਫਾਈ ਨਲੈਸ ਹੈ ਜਿਹੜੀਆਂ ਸੀਟਾਂ ਨੇ ਘੁੰਮ ਜਾਂਦੀਆਂ ਨੇ 360 ਡਿਗਰੀ ਦੇ ਉੱਤੇ ਹਰ ਇੱਕ ਦੇ ਨਾਲ ਜਿਹੜਾ ਚਾਰਜਰ ਪੋਰਟ ਲੱਗੇ ਹੋਏ ਹੈ ਨਵੀਂ ਟੈਕਨੋਲੋਜੀ ਦੇ ਵਾਸ਼ਰੂਮ ਜਿਹੜੇ ਨਵੀਂ ਟੈਕਨੋਲੋਜੀ ਹੈ ਫੌਗ ਦੇ ਵਿੱਚ ਚੱਲ ਸਕਦੀ ਹੈ ਤੇ ਜੇ ਨਵੀਂ ਟੈਕਨੋਲੋਜੀ ਹੈ ਕਿ ਧੁੰਦ ਦੇ ਵਿੱਚ ਵੀ ਇਹ ਟ੍ਰੇਨ ਜਿਹੜੀ ਹੈ ਕਾਫੀ ਸਪੀਡ ਦੇ ਨਾਲ ਅੱਗੇ ਅੱਗੇ ਆ ਸਕਦੀ ਹੈ ਜੇਕਰ ਅਮਰ ਸਰ ਦੀ ਗੱਲ ਕਰੀਏ ਤਾਂ ਦੁਨੀਆ ਭਰ ਤੋਂ ਜਿਹੜੇ ਸੈਲਾਨੀ ਨੇ ਜਾਂ ਸ਼ਰਧਾਲੂ ਹਰਮੰਦਰ ਸਾਹਿਬ ਦਾ ਤਮਸਤਖ ਹੋਣ ਦੇ ਲਈ ਆਉਂਦੇ ਨੇ ਉਹਨਾਂ ਦੇ ਲਈ ਕਿੰਨੀ ਵੱਡੀ ਇਹ ਸਹੂਲਤ ਬਣ ਜਾਏਗੀ ਟ੍ਰੇਨ ਦੇਖੋ ਬਹੁਤ ਵੱਡੀ ਸਹੂਲਤ ਹੈ ਕਿ ਜਦੋਂ ਅਸੀਂ ਵੈਟਿਕਨ ਸਿਟੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਡਿਵੈਲਪਡ ਕੰਟਰੀਆਂ ਦੀ ਗੱਲ ਕਰਦੇ ਹਾਂ ਉਹ ਜਦੋਂ ਉਹਨਾਂ ਲਵੇ ਨੇ ਉਹ ਉਸ ਮਿਆਰ ਦੀ ਸਹੂਲਤਾਂ ਸਾਨੂੰ ਚਾਹੀਦੀਆਂ ਹੁੰਦੀਆਂ ਸੋ ਉਸ ਮਿਆਰੀ ਸਹੂਲਤਾਂ ਦੇ ਬਰਾਬਰ ਇਹ ਟ੍ਰੇਨ ਪੂਰੀ ਅੰਤਰਰਾਸ਼ਟਰੀ ਜਿਹੜੇ ਟੂਰਿਸਟ ਹੈ ਪ੍ਰਕਾਸ਼ਕ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਇਹ ਸਹੂਲਤ ਜਿਹੜੀ ਹੈ ਬਹੁਤ ਅ ਇੰਡੀਆ ਨੇ ਸਾਨੂੰ ਇੱਥੇ ਟੂਰਿਜ਼ਮ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਪ੍ਰੋਵਾਈਡ ਹੋਇਆ ਵਾ ਹਫਤਾ ਇਹ ਚੱਲੇਗੀ ਟ੍ਰੇਨ ਪੂਰਾ ਹਫਤਾ ਜੀ ਦੇਖੋ ਸੁਪਰ ਫਾਸਟ ਹੈ ਸ਼ਤਾਬਦੀ ਹੈ ਸ਼ਤਾਬਦੀ ਤੋਂ ਬਾਅਦ ਬੰਦੇ ਭਾਰਤ ਆ ਕੀ ਮਤਲਬ ਹਰ ਹਰ ਅਸੀਂ ਤਪਕੇ ਨੂੰ ਕੇਟਰ ਕਰਨਾ ਹੈ ਹਰ ਇੱਕ ਵਾਸਤੇ ਸਹੂਲਤ ਹੈ ਜੀ ਧੰਨਵਾਦ ਤਾਂ ਇਹਨੇ ਗੁਰਜੀਤ ਔਜਲਾ ਔਰ ਇੱਕ ਵਾਰ ਟ੍ਰੇਨ ਦੀਆਂ ਵੀ ਮੈਂ ਤਸਵੀਰਾਂ ਦਿਖਾ ਦਿਆਂ ਕਿ ਉਸੇ ਟ੍ਰੇਨ ਦੀ ਬੋਗੀ ਦੇ ਵਿੱਚ ਅਸੀਂ ਮੌਜੂਦ ਹਾਂ ਜਿਸ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਔਰ ਜਿਹੜੇ ਲੋਕ ਪਹਿਲੀ ਵਾਰ ਇਸ ਦੇ ਵਿੱਚ ਸਫ਼ਰ ਕਰਨ ਜਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਮਹਿਸੂਸ ਕਰ ਰਹੇ ਹੋ ਇਸ ਟ੍ਰੇ ਤੇ ਬੜਾ ਚੰਗਾ ਲੱਗ ਰਿਹਾ ਬਹੁਤ ਚੰਗਾ ਰੇਲਵੇ ਕੰਮ ਕਰ ਰਹੀ ਹੈ ਬੰਦੇ ਫਾਰਤ ਨੂੰ ਲੈ ਕੇ ਤੇ ਉਮੀਦ ਕਰਦਾ ਕਿ ਹੁਣ ਕਾਫੀ ਖੋਜ ਚੱਲੂ ਜੀ ਤੇ ਕਟੜਾ ਵੀ ਚੱਲ ਰਹੀ ਹੈ ਇੱਕ ਹੋਰ ਬੰਦੇ ਫਾਰਤ ਉਹਦੀ ਉਮੀਦ ਹੈ ਕਿ ਜਲਦ ਜਲੜ ਪਰਜੂਗੀ ਇੱਕ ਹੋਰ ਚੱਲੂਗੀ ਅਮਰਸਲ ਬੰਦੇ ਫਾਰਤ ਅਮਰਤ ਸਰ ਦੇ ਵਿੱਚ ਕਿਉਂਕਿ ਹਰਮੰਦਰ ਸਾਹਿਬ ਦੁਨੀਆ ਭਰ ਤੋਂ ਲੋਕ ਨਤ ਨਤਮਸਤਕ ਹੋਣ ਦੇ ਲਈ ਆਉਂਦੇ ਆ ਤਾਂ ਉਹਨਾਂ ਲੋਕਾਂ ਲਈ ਕਿੰਨਾ ਕੁ ਵੱਡਾ ਇਹ ਤੋਹਫਾ ਹੋਏਗਾ ਜਿੱਦਾਂ ਕਿ ਇਹ ਆਪਣੇ ਪਹਿਲਾਂ ਦੋਸਤ ਆਪਦੀ ਵੀ ਚੱਲ ਰਹੀ ਹੈ ਆਲਰੇਡੀ ਤੇ ਇਹ ਅਮਰਸਰ ਬੰਦੇ ਫਾਰ ਦੇ ਪੰਜ ਘੰਟੇ ਕਹਿੰਦੇ 20 ਮਿੰਟ ਤੱਕ ਇਹ ਲਾਉਗੀ 100 ਬੰਦੇ ਸਤਾਬਦੀ ਤੋਂ ਘੱਟ ਟਾਈਮ ਲਾਉਗੀ ਇਹ ਵਧੀਆ ਇੱਕ ਮਤਲਬ ਜਿਨ੍ਹਾਂ ਨੇ ਮਤਲਬ ਕੰਮਕਾਰ ਵਾਲੇ ਬੰਦੇ ਆ ਉਹਨਾਂ ਲਈ ਸਭ ਤੋਂ ਬੈਸਟ ਟਰਨ ਮੰਨ ਸਕਦੀ ਹੈ ਬਿਲਕੁਲ ਤਾਂ ਜਿੱਥੇ ਜੋ ਹੈ ਮਹਿੰਗਾ ਸਫਰ ਜੋ ਹੈ ਜਹਾਜ਼ ਦੇ ਵਿੱਚ ਲੋਕਾਂ ਨੂੰ ਪਹਿਲਾਂ ਤੈਅ ਕਰਨਾ ਪੈਂਦਾ ਸੀ ਤਾਂ ਉਹਨਾਂ ਦੇ ਲਈ ਵੀ ਇੱਕ ਵੱਡੀ ਸਹੂਲਤ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ LED ਜੋ ਹੈ ਉਹ ਇਸ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਵਿੱਚ ਟ੍ਰੇਨ ਦੇ ਬਾਰੇ ਔਰ ਹੋਰ ਜਿਹੜੀਆਂ ਅਹਿਮ ਜਾਣਕਾਰੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣਗੀ ਤਾਂ ਇਹ ਟ੍ਰੇਨ ਦੇ ਅੰਦਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਗੁਰਜੀਤ ਔਜਲਾ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਦੱਸਿਆ ਸੀ ਕਿ 360 ਡਿਗਰੀ ਤੱਕ ਜਿਹੜੀ ਇਹਦੀ ਸੀਟ ਹੈ ਔਰ ਸੀਸੀਟੀਵੀ ਕੈਮਰੇ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦਾ ਵੀ ਜੋ ਹੈ ਉਹ ਧਿਆਨ ਰੱਖਦੇ ਹੋਏ ਇਸ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਕਿ ਯਾਤਰੀਆਂ ਦੀ ਜਿਹੜੀ ਸੁਰੱਖਿਆ ਉਸ ਨੂੰ ਵੀ ਜੋ ਹੈ ਮੱਦੇ ਨਜ਼ਰ ਰੱਖਿਆ ਗਿਆ ਔਰ ਨਾਲ ਦੀ ਨਾਲ ਇਹ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਦੇ ਅੰਦਰ ਬਿਲਕੁਲ ਉਸ ਤਰੀਕੇ ਦੀ ਤਸਵੀਰ ਹੈ ਜਿਸ ਤਰੀਕੇ ਦੇ ਨਾਲ ਹਵਾਈ ਜਹਾਜ਼ ਦੇ ਵਿੱਚ ਕੋਈ ਯਾਤਰੀ ਸਫ਼ਰ ਕਰਦਾ ਔਰ ਉਸੇ ਤਰੀਕੇ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਔਰ ਤੁਸੀਂ ਦੇਖੋ ਕਿ ਸਾਈਡ ਤੇ ਜਿਹੜੇ ਗਲਾਸ ਲੱਗੇ ਹੋਏ ਨੇ ਉਸ ਤੋਂ ਬਾਹਰ ਦਾ ਵੀ ਪੂਰਾ ਵਿਊ ਜਿਹੜਾ ਹੈ ਉਹ ਦੇਖਿਆ ਜਾ ਸਕਦਾ ਤਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਅੰਮ੍ਰਿਤਸਰ ਤੋਂ ਸ਼ਤਾਬਦੀ ਟ੍ਰੇਨ ਜਿਹੜੀ ਹੈ ਦਿੱਲੀ ਦੇ ਲਈ ਜਾਂਦੀ ਸੀ ਤਾਂ ਹੁਣ ਬੰਦੇ ਭਾਰਤ ਜਿਹੜੀ ਹੈ ਹਫਤੇ ਦੇ ਵਿੱਚ ਸਿਰਫ ਸ਼ੁੱਕਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਯਾਨੀ ਕਿ 6 ਦਿਨ ਜਿਹੜੀ ਹੈ ਇਸ ਟ੍ਰੇਨ ਦੀ ਮਦਦ ਦੇ ਨਾਲ ਲੋਕ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਦਿੱਲੀ ਪਹੁੰਚ ਸਕਦੇ ਨੇ ਔਰ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਇੱਕ ਬਹੁਤ ਵੱਡਾ ਤੋਹਫਾ ਜਿੱਥੇ ਅੰਮ੍ਰਿਤਸਰ ਦੇ ਨਿਵਾਸੀਆਂ ਦੇ ਲਈ ਹੈ ਉੱਥੇ ਹੀ ਦੁਨੀਆ ਭਰ ਤੋਂ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਸਲਾਨੀ ਹੋਣ ਜਾਂ ਫਿਰ ਸਰਦਾਲੂ ਜਿਹੜੇ ਹਰਮੰਦਰ ਸਾਹਿਬ ਨਤਮਸਕ ਹੋਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਤੋਹਫਾ ਹੈ ਤਾਂ ਟ੍ਰੇਨ ਦੇ ਅੰਦਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹਵਾਈ ਜਹਾਜ਼ ਵਰਗੀ ਹੀ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਅੰਦਰ ਸਫ਼ਰ ਜਿਹੜਾ ਉਹ ਮਹਿਸੂਸ ਕੀਤਾ ਜਾ ਸਕਦਾ ਤਾਂ ਗੁਰਜੀਤ ਔਜਲਾ ਨੇ ਵੀ ਦੱਸਿਆ ਕਿ ਜਿਹੜੇ ਲੋਕ ਮਹਿੰਗੀਆਂ ਟਿਕਟਾਂ ਹਵਾਈ ਜਹਾਜ਼ ਦੀਆਂ ਖਰੀਦ ਕੇ ਦਿੱਲੀ ਨਹੀਂ ਜਾ ਸਕਦੇ ਤਾਂ ਉਹਨਾਂ ਦੇ ਲਈ ਇਹ ਟ੍ਰੇਨ ਇੱਕ ਵੱਡਾ ਤੋਹਫਾ ਸਾਬਤ ਹੋਏਗੀ ਤਾਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਟ੍ਰੇਨ ਦੀ ਜਿਹੜੀ ਸ਼ੁਰੂਆਤ ਹੈ ਕੁਝ ਦੇਰ ਬਾਅਦ ਕੀਤੀ ਜਾਣੀ ਹੈ ਪੰਜਾਬ ਦੇ ਗਵਰਨਰ ਵੀ ਇੱਥੇ ਪਹੁੰਚ ਰਹੇ ਨੇ ਤਾਂ ਇਸ ਟ੍ਰੇਨ ਦੀ ਜਿਹੜੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਅੱਜ ਤੋਂ ਬਾਅਦ ਅਮਰitsar ਤੋਂ ਦਿੱਲੀ ਜਾਣ ਵਾਲੇ ਜਿਹੜੇ ਲੋਕ ਨੇ ਉਹ ਇਸ ਟ੍ਰੇਨ ਦਾ ਜਿਹੜਾ ਆਨੰਦ ਵੀ ਲੈ ਸਕਦੇ ਨੇ ਔਰ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਕੇ ਬਹੁਤ ਜਲਦ ਜੋ ਦਿੱਲੀ ਦਾ ਸਫਰ ਹੈ ਅੰਮ੍ਰਿਤਸਰ ਤੋਂ ਜੇਕਰ ਹੋਰ ਟ੍ਰੇਨਾਂ ਦੇ ਵਿੱਚ ਕਿਸੇ ਨੇ ਜਾਣਾ ਹੋਵੇ ਤਾਂ ਕਾਫੀ ਸਮਾਂ ਲੱਗਦਾ ਔਰ ਜੇਕਰ ਹਵਾਈ ਜਹਾਜ਼ ਦਾ ਸਫਰ ਕਰਨਾ ਹੋਵੇ ਤਾਂ ਉਸ ਦੇ ਲਈ ਮਹਿੰਗੀ ਟਿਕਟ ਜਿਹੜੀ ਹੈ ਉਹ ਖਰੀਦਣੀ ਪੈਂਦੀ ਹੈ ਤਾਂ ਪਹਿਲਾਂ ਅੰਮ੍ਰਿਤਸਰ ਤੋਂ ਸ਼ਤਾਬਦੀ ਟ੍ਰੇਨ ਜਿਹੜੀ ਹੈ ਉਹ ਦਿੱਲੀ ਦੇ ਲਈ ਜਾਂਦੀ ਸੀ ਤਾਂ ਹੁਣ ਵੰਦੇ ਭਾਰਤ ਦੀ ਜਿਹੜੀ ਸੇਵਾ ਹੈ ਉਹ ਅੰਮ੍ਰਿਤਸਰ ਦੇ ਨਿਵਾਸੀਆਂ ਦੇ ਲਈ ਜਾਂ ਫਿਰ ਜਿਹੜੇ ਇੱਥੇ ਆਉਣ ਵਾਲੇ ਲੋਕ ਨੇ ਉਹਨਾਂ ਦੇ ਲਈ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇਸ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਸਪੇਸ ਹੈ ਲੈਗ ਸਪੇਸ ਹੈ ਉਹ ਦਿੱਤੀ ਗਈ ਹੈ ਕਿ ਆਮਣੇ ਸਾਹਮਣੇ ਵੀ ਲੋਕ ਬੈਠ ਸਕਦੇ ਨੇ ਇਸ ਸੀਟ ਦੇ ਉੱਤੇ ਔਰ ਜਿਸ ਤਰੀਕੇ ਦੇ ਨਾਲ ਗੁਰਜੀਤ ਔਜਲਾ ਨੇ ਦੱਸਿਆ ਕਿ 360 ਡਿਗਰੀ ਯਾਨੀ 360 ਡਿਗਰੀ ਤੇ ਸੀਟਾਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਘੁੰਮਣ ਦੀ ਵੀ ਜਿਹੜੀ ਹੈ ਉਹ ਵੀ ਸੁਵਿਧਾ ਦਿੱਤੀ ਗਈ ਹੈ ਤਾਂ ਬੰਦੇ ਭਾਰਤ ਟ੍ਰੇਨ ਅੱਜ ਇਸ ਦੀ ਸ਼ੁਰੂਆਤ ਰਸਮੀ ਜਿਹੜੀ ਹੈ ਉਹ ਕੁਝ ਦਿਨ ਬਾਅਦ ਹੋਏਗੀ ਔਰ ਅੱਜ ਤੋਂ ਬਾਅਦ ਲੋਕ ਇਸ ਟ੍ਰੇਨ ਦੇ ਵਿੱਚ ਜੋ ਹੈ ਸਫ਼ਰ ਕਰਨ ਦਾ ਆਨੰਦ ਵੀ ਲੈ ਸਕਦੇ ਨੇ ਔਰ ਇਸ ਸੁਵਿਧਾ ਨੂੰ ਲੈ ਕੇ ਬਹੁਤ ਜਲਦ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਹੈ ਉਹ ਤੈਅ ਕਰ ਸਕਦੇ ਨੇ ਕੈਮਰਾਮੈਨ ਹਰੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ న్యూਸ 18 ਅੰਮ੍ਰਿਤਸਰ